ਸੋ ਜਿਹੜੀ ਇਹ ਘਟਿਆ ਹਰਕਤ ਕੀਤੀ ਹੈ ਬਲਵਿੰਦਰ ਸਿੰਘ ਨੇ ਕਾਮਰੇਟ ਖੋਤੀ ਆਗੂ ਇਹਦਾ ਛੇਤਰਾਂ ਦਾ ਹਾਰ ਪਾ ਕੇ ਤੇ ਗਲ ਚ ਮੂੰਹ ਕਾਲਾ ਕਰਕੇ ਖੋਤੇ ਦੇ ਬਿਠਾ ਕੇ ਇਹਨੂੰ ਪੂਰੇ ਪਿੰਡਾਂ ਦੇ ਵਿੱਚ ਮੋਰਚੇ ਦੇ ਵਿੱਚ ਕਮਾਇਆ ਜਾਵੇ। ਆਵਲਾ ਅਸੀਂ ਸਰਵਿਸ ਕਰ ਦਾਂਗੇ ਬੇ ਬਾਲਾ ਟਾਈਮ ਨਹੀਂ ਦੇਖਦੇ। ਅਸੀਂ ਸਰਵਿਸ ਕਰ ਦਾਂਗੇ ਲੱਤਾਂ ਤੋੜ ਕੇ ਗੰਦੇ ਨਾਲੀ ਦੀ ਸਿੱਟਾਂਗੇ। ਸਿੱਧੀ ਚੈਲੰਜ ਇਹਨੂੰ ਸਾਡਾ। ਬਾਲਾ ਟਾਈਮ ਨਹੀਂ ਦੇਖਦੇ ਪਹਿਲਾਂ ਅਸੀਂ ਫਤੇ ਗਜਾਉਂਦੇ ਹੁੰਦੇ ਸੀ ਸਤਕਾਰ ਕਰਦੇ ਸੀ ਵੱਡਾ ਪਰ ਇਹ ਕੀ ਹੋਇਆ ਯਾਰ ਚੱਕ ਕੇ ਮੂੰਹ ਸਾਡੇ ਆਗੂ ਨਹੀਂ ਬੋਲਣ ਲੱਗ ਗਿਆ ਹਨ ਏਦਾਂ ਦੀ ਜਿਹੜੀ ਇੱਕ ਘਟਿਆ ਬਿਆਨਵਾਜੀ ਕਦੇ ਇਹ ਕੰਨ ਨੇ ਹਵਾਰਾ ਸਾਹਿਬ ਨੇ ਲੈਟਰ ਕੱਢਿਆ ਹਵਾਰਾ ਸਾਹਿਬ ਨੇ ਚਿੱਠੀ ਭੇਜੀਆ ਬੱਬੂ ਮਾਨ ਨੂੰ ਮਿਲੋ ਬੱਬੂ ਮਾਨ ਨੂੰ ਹਵਾਰਾ ਸਾਹਿਬ ਨੇ ਮੋਰਚੇ ਦੇਆ ਯਾਰ ਹਵਾਰਾ ਸਾਹਿਬ ਕੋਲ ਇੰਨਾ ਕਿੰਨਾ ਕੁ ਟਾਈਮ ਆ ਯਾਰ ਮੈਂ ਤਿਹੜ੍ਹ ਜੇਲ੍ਹ ਚ ਰਹਿ ਕੇ ਆਂ 14 24 ਦਿਨ ਉੱਥੋਂ ਭਈਏ ਕੋਈ ਪੈਨ ਵੀ ਅੰਦਰ ਨਹੀਂ ਜਾਣ ਦਿੰਦੇ ਕੋਈ ਕਾਗਜ਼ ਵੀ ਆਉਂਦਾ ਨਾ ਤਿੰਨ ਥਾਂਵੇਂ ਸਕੀਨ ਹੁੰਦਾਗਾ ਇੰਨੀ ਜਿਆਦਾ ਸ਼ਕਤੀ ਤੇ ਬਹੁਤ ਜਿਆਦਾ ਸਿਕਤਾਈ ਆ ਬਾਈ ਹਵਾਰਾ ਸਾਹਿਬ ਕੌਮ ਦੇ ਆਗੂਆਂ ਨਾ ਤਾਂ ਉਹ ਆਜ਼ਾਦੀ ਦੀ ਗੱਲ ਕਰਨ ਤੋਂ ਰੋਕਣ ਕਿਉਂਕਿ ਆਜ਼ਾਦੀ ਖਾਤਰੀ ਅੰਦਰ ਗਏ ਹੋਏ ਨੇ ਆਪਣੇ ਘਰ ਖਾਤਰੀ ਗਏ ਹੋਏ ਨੇ ਕੌਮ ਦੇ ਖਾਤਰ ਗਏ ਹੋਏ ਨੇ ਨਾ ਹਵਾਰਾ ਸਾਹਿਬ ਅਮਰਤਪਾਲ ਨੂੰ ਅੱਜ ਬੋਲਣ ਨਾ ਕੱਲ ਬੋਲਣ ਜਿਹੜੀ ਵੀ ਖਾ ਖੋਤੀ ਆਗੂ ਅਮਰਤਪਾਲ ਸਿੰਘ ਦੇ ਖਿਲਾਫ ਬੋਲਦੇ ਆ ਕਹਿੰਦੇ ਬਿੱਲੀ ਥੈਲਿਓਂ ਬਾਹਰ ਨਿਕਲੀ ਇਹਨਾਂ ਜਿਹੜੇ-ਜਿਹੜੇ ਬੋਲਦੇ ਆ ਨਾ ਪ੍ਰਚਾਰਕ ਬੋਲਦਾ ਚਾਹੇ ਕੋਈ ਆਗੂ ਬੋਲਦਾ ਨੋ ਭਾਈ ਆਗੂ ਹੀ ਨਹੀਂ ਮੰਨਦਾ ਪਹਿਲੀ ਗੱਲ ਪੋਸ ਲੋ ਤੁਸੀਂ ਮੇਰੀਆਂ ਭੈਣਾਂ ਖੜੀਆਂ ਮਤਾਂ ਮ ਇੱਥੇ ਵੀ ਆ ਗੂ ਮੰਨ ਦੇ ਨੇ ਵੇਖੋ ਅਮਰਤਪਾਲ ਦਾ ਜਿਹੜਾ ਇਹਦਾ ਨਿੱਜੀ ਨਿੱਜੀ ਕਿਟਾਉ ਦਾ ਉੱਥੇ ਜ਼ਮੀਨ ਦਾ ਰੌਲਾ ਸੀ ਜਾਂ ਉਹਦਾ ਘਰ ਦਾ ਰੌਲਾ ਸੀ ਫੇਰ ਜਿਹੜਾ ਧਰਨਿਆਂ ਤੇ ਉੱਥੇ ਧਰਨਾ ਲਾਉਣ ਹੋ ਗਏ ਸੀ ਸ੍ਰੋਮਣੀ ਪੰਥ ਬੁੱਢਾ ਦਲ ਉੱਥੇ ਦਿੱਲੀ ਮੋਰਚੇ ਤੇ ਲੈ ਕੇ ਗਿਆ ਨਾਲੇ ਉੱਥੇ ਉਧਰ ਭਾਰਤ ਸਰਕਾਰ ਦੀਆਂ ਫੌਜਾਂ ਖੜੀਆਂ ਸੀ ਇੱਧਰ ਗੁਰੂ ਦੀਆਂ ਲਾਲੀਆਂ ਫੌਜਾਂ ਉਹ ਨਾਲ ਲੈ ਕੇ ਧਰਨਾ ਲਾਉਣ ਗਏ ਸੀ ਜੇ ਹਮਲਾ ਬੋਲਿਆ ਹੁੰਦਾ ਤੇ ਉਹ ਸਾਰੇ ਅਸਲਾ ਲੈ ਕੇ ਜਾਂਦੇ ਮਤਲਬ ਉੱਥੇ ਫਿਰ ਜਿਹੜੀ ਆਰਮੀ ਐ ਇਹਨਾਂ ਦੀ ਜਦੋਂ ਆਰਮੀ ਜਾਂਦੀ ਐ ਸਾਡੀ ਸਿੱਖ ਫੌਜ ਜਾਂਦੀ ਆ ਆਰਮੀ ਐ ਜਿਹੜੀ ਤੇ ਉਹ ਵੀ ਉਦੋਂ ਗੁਰੂ ਗ੍ਰੰਥ ਸਾਹਿਬ ਨੂੰ ਉਹਨਾਂ ਦਾ ਇੱਕ ਪ੍ਰਕਾਸ਼ ਹੁੰਦਾ ਨਾਲ ਉਹ ਲੈ ਕੇ ਜਾਂਦੇ ਗੁਰੂ ਸਾਹਿਬ ਦਾ ਇੱਕ ਥਾਂ ਉਹ ਪਿੱਛੇ ਪ੍ਰਕਾਸ਼ ਕਰਦੇ ਮੂਰੇ ਫੌਜ ਲੜਦੀ ਐ ਜਾ ਕੇ ਇਸੇ ਗੁਰਦੁਆਰਾ ਸਾਹਿਬ ਬਣਾਇਆ ਜਾਂਦਾ ਇੱਕ ਨਕਲੀ ਸਾਡੀਆਂ ਜਿਹੜੀਆਂ ਫੌਜਾਂ ਉਹ ਵੀ ਅਸੀਂ ਨਾਲ ਲੈ ਕੇ ਨਿਸ਼ਾਨ ਆ ਸਾਡੇ ਵੀ ਗੁਰੂ ਦੇ ਬਰਾਬਰ ਆ ਹੀ ਨਿਸ਼ਾਨ ਲੈ ਕੇ ਘੋੜਿਆਂ ਤੇ ਚੱਲਦੇ ਆ ਇੱਕ ਸਾਡੀ ਜਿਹੜੀ ਫੌਜ ਆ ਸੀ ਬੁੱਢਾ ਦਲਦਿਆਂ ਅਸੀਂ ਫੌਜਾਂ ਹਨ ਨਿਹੰਗ ਸਿੰਘ ਅਸੀਂ ਜੰਗ ਜੂ ਫੌਜਾਂ ਅਸੀਂ 24 ਘੰਟੇ ਜੰਗ ਵਾਸਤੇ ਤਿਆਰ ਰਹਿਣਾ ਹੀ ਗੁਰੂ ਸਾਹਿਬ ਨੂੰ ਨਾਲ ਹੀ ਰੱਖਦੇ ਆ ਹਾਂ ਇਹ ਨਾਲ ਲੈ ਕੇ ਤੁਰਦੇ ਆ ਤੇ ਪਰ ਉੱਥੇ ਉਹਦਾ ਕੋਈ ਨਿੱਜੀ ਕਿਹੜਾ ਉਹਦਾ ਜ਼ਮੀਨਦਾਰ ਰੋਲਾ ਸੀ ਉਹ ਜ਼ਮੀਨ ਵਾਸਤੇ ਲੜਨ ਗਿਆ ਸੀ ਜਾਂ ਆਪਦੇ ਕਿਸੇ ਕਾਰਜ ਵਾਸਤੇ ਲੜਨ ਗਿਆ ਸੀ ਰਮਜੀਤ ਬਿੱਟੂ ਵਰਗਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਗੁਰੂ ਗ੍ਰੰਥ ਸਾਹਿਬ ਹੁੰਦਾ ਕੀ ਹੈ ਉਹਨਾਂ ਨੂੰ ਕੀ ਪਤਾ ਗੁਰੂ ਗ੍ਰੰਥ ਸਾਹਿਬ ਕੀ ਹੁੰਦਾ ਕਿਤੇ ਬਾਣੀ ਪੜ੍ਹੀ ਆ ਉਹਨਾਂ ਨੇ ਹੂੰ ਗੁਰੂ ਦੇ ਸਿੰਘਾਂ ਨੂੰ ਤਾਂ ਉਹਨਾਂ ਨੇ ਬਾਣੀ ਬਾਣੇ ਵਾਲਿਆਂ ਨੂੰ ਤਾਂ ਉਹਦੇ ਦਾਦੇ ਨੇ ਸ਼ਹੀਦ ਕਰਿਆ ਹੂੰ ਉਹਨਾਂ ਨੇ ਤਾਂ ਸਿੱਖੀ ਨੂੰ ਰੋਲਿਆ ਯਾਰ ਤੇ ਉਹ ਕੀ ਸਾਨੂੰ ਉਦਾਹਰਨ ਦੇਣਗੇ ਜਿਹੜੇ ਸਿੱਖੀ ਦੇ ਦੁਸ਼ਮਣ ਆ ਉਹ ਸਾਨੂੰ ਦੱਸਣਗੇ ਵੀ ਸਿੱਖੀ ਕੀ ਹੁੰਦੀ ਆ ਸਿੱਖੀ ਦਾ ਕੀ ਕੀ ਮਕਸਦ ਆ ਉਹ ਸਾਨੂੰ ਦੱਸਣਗੇ ਮਤਲਬ ਜਿਨ੍ਹਾਂ ਨੇ ਸਿੱਖੀ ਸਿੱਖਾਂ ਨੂੰ ਸ਼ਹੀਦ ਕਰਿਆ ਬਾਣੀ ਪੜਦੇ ਸਿੰਘਾਂ ਨੂੰ ਸ਼ਹੀਦ ਕਰਿਆ ਉਹ ਦੱਸਣਗੇ ਸਾਨੂੰ ਇਹਦੇ ਦਾਦੇ ਮੌਕੇ ਹੀ ਸਾਡਾ ਦਵਿੰਦਰਪਾਲ ਸਿੰਘ ਭੁੱਲਰ ਇੱਥੇ ਜਿਹੜਾ ਉਹਦਾ ਪਿਓ ਨੂੰ ਸ਼ਹੀਦ ਕਰਿਆ ਗਿਆ ਸਮੇਸ਼ ਸੈਣੀ ਨੇ ਬਾਣੀ ਪੜਨ ਵਾਲੇ ਸਿੰਘ ਸੀ ਧਰਮ ਦੇ ਇੱਕ ਸਿੱਖਾਂ ਨੂੰ ਉਹਨਾਂ ਨੇ ਸ਼ਹੀਦ ਕਰਿਆ ਇਹਨਾਂ ਤੇ ਤਾਂ ਬੜੇ ਦੋਸਰ ਮਰੀਤ ਬਿੱਟੂ ਵਰਗੇ ਜਿਹੜੇ ਬੁਚੜਾਂ ਦੇ ਤਾਂ ਨਾਂ ਨਹੀਂ ਲੈਣਾ ਚਾਹੀਦਾ ਯਾਰ ਉਹ ਜਿੱਥਾਂ ਠੀਕ ਹੈ ਉਹਨੇ ਕੋਈ ਗੁਨਾਹ ਨਹੀਂ ਕਰਿਆ ਉਹ ਕੰਮ ਕੌਮ ਨੂੰ ਵਧੀਆ ਰਸਤੇ ਪਾ ਰਿਹਾ ਬੱਚਿਆਂ ਨੂੰ ਨੌਜਵਾਨ ਨਸ਼ੇ ਕਰਦੇ ਤੇ ਉਹਨਾਂ ਨੂੰ ਸਿੱਧੀ ਸੇਧ ਦੇ ਰਿਹਾ ਚੰਗੇ ਕੰਮ ਕਰ ਰਿਹਾ ਕੋਈ ਮਾੜਾ ਕੰਮ ਨਹੀਂ ਕਰ ਰਿਹਾ ਸਾਡੀਆਂ ਸਰਕਾਰਾਂ ਉਹਤੇ ਉਲਟੋ ਦੇ ਪਰੋ ਕਰ ਰਹੀਆਂ ਕਦੇ ਉਹਦੇ ਸਿੰਘਾਂ ਨੂੰ ਚੱਕਦੀਆਂ ਨੇ ਠੀਕ ਹੈ ਨਾ ਉਹਨੂੰ ਉਹ ਕਰਦੀਆਂ ਹਰਾਸਮੈਂਟ ਕਰ ਰਹੀਆਂ ਹੈ ਨਾ ਉਹਨੇ ਕੀ ਬੁਰਾ ਕਰਿਆ ਤਾਂ ਜੇ ਉਹ ਮਹਾਰਾਜ ਦੀ ਢੀੜ ਲੈ ਕੇ ਉੱਥੇ ਹਜ਼ੂਰੀ ਚ ਉੱਥੇ ਚੱਲਿਆ ਗਿਆ ਹੈ ਨਾ ਅਸੀਂ ਤਾਂ ਇੱਥੇ ਮੋਰਚੇ 'ਚ ਵੀ ਅੰਮ੍ਰਿਤਪਾਲ ਕਰਕੇ ਆ ਰਹੇ ਹਾਂ ਠੀਕ ਹੈ ਹਮ ਜਥੇਦਾਰ ਹਵਾਰਾ ਕਰਕੇ ਅਸੀਂ ਇਹ ਨਾ ਬਲਵਿੰਦਰ ਨਾ ਕਰਕੇ ਨਹੀਂ ਆ ਰਹੇ ਇੱਥੇ ਠੀਕ ਹੈ ਜਿੰਦਣੇ ਨੇ ਕੱਲ ਬਿਆਨ ਦਿੱਤਾ ਅਸੀਂ ਸਰਾ ਸਰਮਾਨ ਸਾਡਾ ਬਖਤ ਦੂਰ ਹੋ ਗਿਆ ਇੱਥੇ ਮੋਰਚੇ ਚੋਂ ਦੇ ਕੌਮ ਦੇ ਆਗੂ ਖਿਲਾਫ ਅਸੀਂ ਤੁਸੀਂ ਸਿੱਧੇ ਕਹੋ ਅਸੀਂ ਘਰਾਂ ਨੂੰ ਚੱਲ ਜੰਨੇ ਆ ਅਸੀਂ ਪੱਟ ਲੈਨੇ ਆਪਣੇ ਟੈਂਟ ਸਾਰੇ ਨੌਜਵਾਨ ਜਿੰਨੇ ਬੈਠੇ ਆਂ ਘਰਾਂ ਨੂੰ ਜਾਣੇ ਆ ਕਰਾ ਲਿਓ ਬੰਦੀ ਸਿੰਘ ਤੁਸੀਂ ਰਹਿ ਆ ਜੇ ਤੁਹਾਡੀਆਂ ਲੱਤਾਂ ਬਾਹਰ ਚੱਲਦੀਆਂ ਤਾਂ ਇਹ ਦੇਖੋ ਜਿਹੜੇ ਇਹ ਕੌਮੀ ਮੋਰਚੇ ਦੇ ਆਗੂ ਬਣੇ ਹੋਏ ਆ ਪੂਰਾ ਇਹਨਾਂ ਨੂੰ ਮੀਡੀਆ ਦੇ ਵਿੱਚ ਲੈ ਕੇ ਇਹਨਾਂ ਦੀਆਂ ਫੋਟੋਆਂ ਪਾ ਦਿਓ ਬਕਾਇਦਾ ਮੀਡੀਆ ਦੇ ਵਿੱਚ ਪੁੱਛ ਲਓ ਸਿੱਖ ਕੌਮ ਨੂੰ ਪੰਜਾਬੀਆਂ ਨੂੰ ਵੀ ਤੁਸੀਂ ਇਹ ਆਗੂਆਂ ਨੂੰ ਲਾਇਕ ਕਰਦੇ ਹੋ ਇਹਨਾਂ ਆਗੂਆਂ ਨੂੰ ਚਾਹੁੰਦੇ ਹੋ ਕਿ ਕਿਉਂਕਿ ਭਾਈ ਇਹਨਾਂ ਆਗੂਆਂ ਨੇ ਬੇੜਾ ਗੜਕ ਕੀਤਾ ਹੋਇਆ ਪਹਿਲੀਆਂ ਦੇ ਵਿੱਚ ਇਹਨਾਂ ਆਗੂਆਂ ਨੇ ਸਿੱਖ ਕੌਮ ਨਾਲ ਦੋਹਰੋ ਕਮਾਇਆ ਗਦਾਰੀਆਂ ਕੀਤੀਆਂ ਹੋਈਆਂ ਇਹਨਾਂ ਨੇ ਇੱਕ ਵੀ ਆਗੂ ਨੂੰ ਪਸਲੋ ਵੀ ਤੁਸੀਂ ਪੰਜਾਬ ਦੇ ਲਈ ਸਿੱਖ ਕੌਮ ਦੇ ਲਈ ਹੁਣ ਤੱਕ ਤੁਹਾਡੀ ਕੀ ਦੇਣਾਗੀ ਸਵੇਰੇ ਭਾਈ ਜਾਂਦਾ ਹੈ ਰਾਤ ਨੂੰ ਨਿਕਲ ਜਾਂਦੇ 10-11 ਵਜੇ ਸਵੇਰੇ 12 1 ਵਜੇ ਆਉਂਦੇ ਆ ਸਾਰੇ ਚੰਗੇ ਸੈਂਟ ਲਾ ਕੇ ਚੰਗੀਆਂ ਪੱਗਾਂ ਪੋਚ ਕੇ ਇੱਥੇ ਮੋਰਚੇ 'ਚ ਕਿਹੜਾ ਗੁਰੇੰ ਦਾ ਇਹਨਾਂ 'ਚੋਂ ਅਸੀਂ ਤਾਂ ਕੋਈ ਦੇਖਿਆ ਨਹੀਂ ਵੀ ਅੱਜ ਕੋਈ ਮਸਰ ਦੇ ਵਿੱਚ ਫਟਿਆਂ ਦੇ ਉੱਤੇ ਪਿਆ ਸੋ ਜਿਹੜਾ ਇਹ ਬਲਵਿੰਦਰ ਸਿੰਘ ਨੇ ਬਿਆਨ ਦਿੱਤਾ ਬਹੁਤ ਹੀ ਸ਼ਰਮਨਾਕ ਮੈਂ ਤਾਂ ਕਹਿੰ ਨੂੰ ਘਟਿਆ ਬੰਦਾ ਇਹਨੂੰ ਇਦਾਂ ਦੀ ਸਵਦਾਬਲੀ ਜਿਹੜੀ ਨੇ ਵਰਤੀ ਹੈ ਵਰਤਣੀ ਨਹੀਂ ਚਾਹੀਦੀ ਸੀ ਕਿਤੇ ਨਾ ਕਿਤੇ ਇਹ ਮੋਰਚੇ ਨੂੰ ਢਾਹ ਲਾ ਰਿਹਾ ਹੈਗਾ ਨਾ ਦੇਖੋ ਹੁਣ ਕੌਮ ਦੇ ਉੱਤੇ ਕੀ ਪ੍ਰੈਸ਼ਰ ਜਾਊਗਾ ਕਿੱਡੇ ਚੈਨਲਾਂ ਤੇ ਬੀਵੀਸੀ ਨਿਊਜ਼ ਸਭ ਤੋਂ ਵੱਡਾ ਚੈਨਲ ਆ